ਕਾਰਾਂ ਤਾਂ ਜੀ ਜਦੋਂ ਬਿਲਕੁਲ ਘੱਗਰ ਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਵੜਨ ਨੂੰ ਤਿਆਰ ਹੁੰਦਾ ਉਦੋਂ ਸੁੱਤੀਆਂ ਉੱਠਦੀਆਂ ਨੇ। ਪਹਿਲਾਂ ਅਸੀਂ ਕਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਕੰਮ ਕਰਦਾ ਨਹੀਂ ਦੇਖਿਆ। ਇਹ ਅਸਲ ਦੇ ਵਿੱਚ ਇਹ ਪ੍ਰਸ਼ਾਸਨ ਲਈ ਸਰਕਾਰਾਂ ਲਈ ਵਰਦਾਨ ਹੈ। ਆਮ ਪਬਲਿਕ ਵਾਸਤੇ ਸਰਾਪ ਹੈ, ਪਬਲਿਕ ਲਈ ਨੁਕਸਾਨ ਹੈ, ਪਰ ਜਿਹੜੀਆਂ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵਾਸਤੇ ਫਾਇਦਾ ਹੈ। ਸਰਦੂਲਗੜ੍ਹ ਵਿੱਚ ਖੜ੍ਹੇ ਹਾਂ ਅਤੇ ਸਰਦੂਲਗੜ੍ਹ ਦੇ ਵਿੱਚ ਹਰ ਸਾਲ ਘੱਗਰ ਤੁਹਾਨੂੰ ਦਿਖਾਉਣੀ ਚਾਹਾਂਗੇ ਜਿਹੜੀ ਤਾਂਡਵ ਕਰਦੀ ਨਜ਼ਰ ਆਉਂਦੀ ਹੁੰਦੀ ਆ ਬਾਰਿਸ਼ਾਂ ਵੇਲੇ। ਜੇ ਸਰਦੂਲਗੜ੍ਹ ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਲੰਬੇ ਸਮੇਂ ਪਹਿਲਾਂ ਸਰਦੂਲਗੜ੍ਹ ਦੇ ਵਿੱਚ ਜਿਹੜੀ ਇਹ ਘੱਗਰ ਸੀ ਉਹਦਾ ਅਸੀਂ ਪਾਣੀ ਵਰਤਦੇ ਹੁੰਦੇ, ਪੀਂਦੇ ਹੁੰਦੇ ਅਤੇ ਉਹ ਸਾਡੇ ਵਾਸਤੇ ਇੱਕ ਵਰਦਾਨ ਸੀ, ਪਰ ਵਰਦਾਨ ਦੀ ਜਗ੍ਹਾ 'ਤੇ ਅੱਜ ਸ਼ਰਾਪ ਬਣੀ ਹੋਈ ਆ। ਕਿਉਂਕਿ ਜੇ ਬਾਰਿਸ਼ਾਂ ਦਾ ਪਾਣੀ ਨਹੀਂ ਆਉਂਦਾ ਤਾਂ ਬਾਰਿਸ਼ਾਂ ਦੇ ਪਾਣੀ ਦੀ ਜਗ੍ਹਾ 'ਤੇ ਇੱਥੇ ਗੰਦਾ ਪਾਣੀ ਆਉਂਦਾ ਜਿਹੜਾ ਫੈਕਟਰੀਆਂ ਦਾ ਨਾਲਿਆਂ ਦਾ ਗੰਦਾ ਹੋ ਕੇ ਇੱਥੇ ਆਉਂਦਾ ਗਾ, ਜਿਹਦੇ ਨਾਲ ਸਾਨੂੰ ਨੁਕਸਾਨ ਹੁੰਦਾ। ਅਤੇ ਉਸ ਤੋਂ ਬਾਅਦ ਜੇ ਜ਼ਿਆਦਾ ਪਾਣੀ ਆ ਜਾਂਦਾ ਤਾਂ ਫਲੱਡਾਂ ਦਾ ਪਾਣੀ ਆਉਂਦਾ, ਉਸ ਸਮੇਂ ਘੱਗਰ ਟੁੱਟਣ ਦਾ ਖਤਰਾ ਹੁੰਦਾ ਅਤੇ ਲਗਾਤਾਰ ਟੁੱਟਣ ਸਮੇਂ ਜਿਹੜਾ ਸਰਦੂਲਗੜ੍ਹ ਆ ਉਹਦੇ ਸਾਰੇ ਦੇ ਸਾਂਸ ਉੱਤੇ ਹੋਏ ਹੁੰਦੇ ਆ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਉਹ ਟੁੱਟ ਜੂਗੀ ਅਤੇ ਟੁੱਟਣ ਦੇ ਕਾਰਨ ਉਹਨਾਂ ਨੂੰ ਇੱਥੋਂ ਘਰ ਛੱਡਣੇ ਪੈ ਸਕਦੇ ਆ। ਇਹਨਾਂ ਡਰ 'ਤੇ ਗੱਲ ਕਰੀਏ ਤਾਂ ਆਪਾਂ ਹਮੇਸ਼ਾ ਸਰਦੂਲਗੜ੍ਹ ਵਾਸੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮੇਂ 'ਤੇ ਸਾਂਭਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਪਰ ਪਿੱਛੋਂ ਦੀ ਗੱਲ ਕਰਦੇ ਹਾਂ ਤਾਂ ਕਦੇ ਵੀ ਇਸ ਵੱਲ ਝਾਤ ਨਹੀਂ ਮਾਰੀ ਜਾਂਦੀ। ਆਗੂ ਸਾਡੇ ਨਾਲ ਆ, ਗੱਲ ਕਰਾਂਗੇ ਉਹਨਾਂ ਨਾਲ, ਉਹਨਾਂ ਦਾ ਇਸ ਵਿਸ਼ੇ 'ਤੇ ਕੀ ਕਹਿਣਾ। ਅੱਜ ਹੁਣ ਬਾਰਿਸ਼ ਦੇ ਪਾਣੀ ਤੋਂ ਡਰ ਮਹਿਸੂਸ ਹੁੰਦਾ ਆਉਂਦਾ, ਇਦੋਂ ਪਹਿਲਾਂ ਸਰਕਾਰਾਂ ਕੀ ਕਰਦੀਆਂ ਨੇ? ਸਰਕਾਰਾਂ ਤਾਂ ਜੀ ਜਦੋਂ ਬਿਲਕੁਲ ਘੱਗਰ ਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਵੜਨ ਨੂੰ ਤਿਆਰ ਹੁੰਦਾ ਉਦੋਂ ਸੁੱਤੀਆਂ ਉੱਠਦੀਆਂ ਨੇ, ਹਾਹਾਕਾਰ ਮੱਚਦੀ ਹੈ। ਪਹਿਲਾਂ ਅਸੀਂ ਕਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਕੰਮ ਕਰਦਾ ਨਹੀਂ ਦੇਖਿਆ, ਔਰ ਤੁਸੀਂ ਆਪਣੇ ਪਿੱਛੇ ਦੇਖ ਰਹੇ ਹੋਵੋਗੇ ਵੀ ਜਿਹੜਾ ਇੱਥੇ ਘੱਗਰ ਦਾ ਪੁਲ ਹੈ ਇਹਦੀ ਕੰਸਟਰਕਸ਼ਨ ਹੋ ਰਹੀ ਹੈ ਨਵੇਂ ਦੀ, ਇਹ ਸ਼ਾਇਦ ਕਿਤੇ ਨਾ ਕਿਤੇ ਸਾਡਾ ਮਸਲਾ ਕਿਤੇ ਨਾ ਕਿਤੇ ਜਿਹੜਾ ਫਲੱਡ ਵਾਲਾ ਹੈ ਹੱਲ ਹੋ ਜੇ। ਇਹ ਵੀ 40 ਸਾਲਾਂ ਦੀ ਮਤਲਬ ਜਿਹੜੀ ਸਾਡੀ ਮੰਗ ਸੀਗੀ ਸਾਡੇ ਲੋਕਾਂ ਦੀ ਉਹ ਹੁਣ ਪੂਰੀ ਹੋਣ ਜਾ ਰਹੀ ਹੈ ਵੀ ਘੱਗਰ ਦਾ ਪੁਲ ਹੈ ਜਿਹੜਾ ਉੱਚਾ ਹੋਊਗਾ। ਇਹ ਹੁੰਦਾ ਕਿ ਨਹੀਂ ਹੁੰਦਾ, ਇਹਦਾ ਇਨਫਰਾਸਟ੍ਰਕਚਰ ਹੈ ਜਿਹੜਾ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਜੀ। ਪਰ ਜਿਹੜੇ ਕੇਲੀਆਂ ਆਉਂਦੀਆਂ ਨੇ ਜਾਂ ਇਹਦੇ ਵਿੱਚ ਪੱਤਾ ਆਉਂਦਾ ਉਸੇ ਨਾਲ ਲੱਗ ਕੇ ਇਹ ਘੱਗਰ ਟੁੱਟਦੀ ਆ, ਫਿਰ ਉਸ ਵੱਲ ਧਿਆਨ ਕੀਤਾ ਜਾਂਦਾ? ਨਹੀਂ, ਉਹ ਜਿਹੜੀਆਂ ਰੈਗੂਲਰ ਨਹੀਂ ਆਉਂਦੀਆਂ ਜੀ, ਉਹ ਫਲੱਡ ਆਉਣ 'ਤੇ ਹੀ ਆਉਂਦੀਆਂ ਨੇ ਗੀਆਂ। ਜਿਹੜੀ ਖਤਰਾ ਵੀ ਵੀਰ ਜੀ ਫਲੱਡ 'ਤੇ ਹੀ ਹੁੰਦਾ, ਕਿਉਂਕਿ ਊਂ ਤਾਂ ਖਤਰਾ ਵੀ ਨਹੀਂ ਹੈਗਾ ਤਾਂ। ਨਹੀਂ, ਉਹ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਦੀ ਹੈਗੀ ਹੈ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ, ਜਿਹੜਾ ਸਾਨੂੰ ਸੰਤਾਪ ਹੈ ਜਿਹੜਾ ਹੜ੍ਹਦਾ, ਤਾਂ ਸਾਨੂੰ ਜਿਹੜਾ ਇਹ ਸਾਉਣ ਭਾਦੋਂ ਦਾ ਮਹੀਨਾ ਜਿਹਨੂੰ ਅਸੀਂ ਮੌਨਸੂਨ ਕਹਿ ਦਿੰਦੇ ਹਾਂ, ਹੜ੍ਹ ਦਾ ਖਤਰਾ ਤਾਂ ਉਸ ਸਮੇਂ ਰਹਿੰਦਾ 10 ਮਹੀਨੇ ਜਿਹੜਾ ਅਸੀਂ ਸੰਤਾਪ ਭੋਗਦੇ ਹਾਂ, ਜਿਹਦੇ 'ਤੇ ਨੈਸ਼ਨਲ ਟ੍ਰਿਬਿਊਨਲ ਹੈ ਜਿਹੜਾ ਆਪਣਾ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਵੀ ਸਖ਼ਤ ਰਵੱਈਆ ਅਪਣਾਇਆ ਹੋਇਆ, ਪਰ ਲੋਕਾਂ ਦੇ ਕੰਨ 'ਤੇ ਜੂ ਨਹੀਂ ਸਰਕਦੀ, ਕਿਉਂਕਿ ਇਹਨਾਂ ਨੂੰ ਜਿਹੜੇ ਸੱਤਾਧਾਰੀ ਧਿਰਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ, ਇੰਡਸਟਰੀਆਂ ਵਾਲੇ ਅਤੇ ਸ਼ਹਿਰੀ ਲੋਕ ਹੈ ਜਿਹੜੇ ਆਪਣਾ ਅਨਟ੍ਰੀਟਡ ਪਾਣੀ ਇਹਦੇ ਵਿੱਚ ਛੱਡਦੇ ਹੈ, ਉਹਦੇ ਕਰਕੇ ਜਿਹੜਾ ਸਾਡੇ ਪਹਿਲਾਂ ਸੀ ਵੀ ਅਸੀਂ ਖੁਸ਼ਨਮਾ ਮਾਹੌਲ ਦੇ ਵਿੱਚ ਫਾਈਨੈਂਸ਼ਲੀ ਸਾਊਂਡ ਮੰਨੇ ਜਾਂਦੇ ਸੀ ਘੱਗਰ ਦੇ ਕੰਢੇ 'ਤੇ ਵਸਣ ਵਾਲੇ, ਕਿ ਘੱਗਰ ਦੀਆਂ ਜ਼ਮੀਨਾਂ ਤਕੜੀਆਂ ਹੁੰਦੀਆਂ, ਹੁਣ ਜਿਹੜਾ ਇਸ ਘੱਗਰ ਦੇ ਕੰਢੇ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਰਿਸ਼ਤੇ ਕਰਨ ਤੋਂ ਡਰਨ ਲੱਗ ਗਏ, ਕਿਉਂਕਿ ਇੱਥੇ ਬਿਮਾਰੀਆਂ ਉਹ ਕਾਲੇ ਪਾਣੀ ਨਾਲ ਇੰਨੀਆਂ ਫੈਲ ਚੁੱਕੀਆਂ। ਕੀ ਕਹੋਗੇ ਕਾਮਰੇਡ ਸਾਹਿਬ, ਅੱਖਾਂ ਇਸ ਵੇਲੇ ਕਿਉਂ ਖੁੱਲਦੀਆਂ ਨੇ, ਪਹਿਲਾਂ ਕਿਉਂ ਨਹੀਂ ਧਿਆਨ ਹੁੰਦੇ? ਇਹ ਅਸਲ ਦੇ ਵਿੱਚ ਇਹ ਪ੍ਰਸ਼ਾਸਨ ਲਈ ਸਰਕਾਰਾਂ ਲਈ ਵਰਦਾਨ ਹੈ, ਕਿਉਂਕਿ ਉਹਨਾਂ ਦੇ ਪੈਸੇ ਬਣਦੇ ਨੇ। ਜੇ ਉਹਨਾਂ ਨੂੰ ਇੱਕ ਕਮਾਈ ਦਾ ਜ਼ਰੀਆ ਉਹਨਾਂ ਦਾ ਬਣਿਆ ਹੋਇਆ ਪ੍ਰਸ਼ਾਸਨ ਦਾ, ਮਹਿਕਮੇ ਵਾਲੇ ਦਾ, ਡਿਪਾਰਟਮੈਂਟਾਂ ਦਾ, ਕਿਉਂਕਿ ਜੇ ਉਹ ਨਾ ਸੋਚਣ, ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਵੀ ਇਹ ਸਿਰਫ ਇਸੇ ਕਰਕੇ ਆ ਵੀ ਜਦੋਂ ਇਹ ਹੜ੍ਹ ਆਉਂਦਾ ਇਹ ਉਹਨਾਂ ਵਾਸਤੇ, ਸਾਡੇ ਵਾਸਤੇ ਤਾਂ ਇੱਕ ਸਰਾਪ ਹੈ, ਆਮ ਪਬਲਿਕ ਵਾਸਤੇ ਸਰਾਪ ਹੈ, ਪਬਲਿਕ ਲਈ ਨੁਕਸਾਨ ਹੈ, ਪਰ ਜਿਹੜੀਆਂ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵਾਸਤੇ ਫਾਇਦਾ, ਕਿਉਂਕਿ ਉਹਨਾਂ ਨੂੰ ਇਹਦਾ ਬੈਨੀਫਿਟ ਮਿਲਦਾ, ਇਸ ਬੈਨੀਫਿਟ ਦੇ ਤੌਰ 'ਤੇ ਉਹ ਕਰਦੇ ਨੇ। ਇਹ ਜੇ ਉਹ ਇੱਕ ਵਾਰੀ ਇਹਦਾ ਹੱਲ ਕੀਤਾ ਜਾਵੇ, ਜੇ ਇਹਦੇ ਉੱਤੇ ਇੱਕ ਵਾਰੀ ਇਹ ਰਿੰਗ ਬੰਨ੍ਹ ਬੰਨਿਆ ਜਾਵੇ ਅਤੇ ਰਿੰਗ ਬੰਨ੍ਹ ਬੰਨ੍ਹ ਕੇ ਪੱਥਰ ਪਾਇਆ ਜਾਵੇ, ਸਪੋਰਟ ਲੱਗ ਜੇ, ਨੂੰ ਆਉਣ ਦੀ ਲੋੜ ਹੀ ਨਹੀਂ ਪੈਂਦੀ, ਹੜ੍ਹ ਆਵੇ ਹੀ ਨਾ ਇੱਥੇ, ਹੜ੍ਹ ਸਿਰਫ ਲਿਆਉਂਦੀ ਹੈ, ਸਰਕਾਰਾਂ ਲਿਆਉਂਦੀਆਂ ਨੇ, ਪ੍ਰਸ਼ਾਸਨ ਲਿਆਉਂਦਾ ਆਪਦੇ ਫਾਇਦੇ ਵਾਸਤੇ। ਇੱਕ ਰੁਪਈਏ ਇਕੱਠੇ ਕਰਨ ਦੇ ਮਾਰੇ ਤੁਹਾਡਾ ਕਹਿਣਾ ਗਾ, ਜਾਣੀ ਕਿ ਇੱਥੇ ਇਹ ਸਿਸਟਮ ਬਣਾਇਆ ਹੋਇਆ ਜੇ ਫਲੱਡ ਆਊ ਤਾਂ 2 ਰੁਪਏ ਬਣਨਗੇ? ਇਹ ਉਹਨਾਂ ਦਾ ਇੱਕ ਪਾਲਤੂ ਹੈ, ਇਹ ਉਹਨਾਂ ਦਾ ਇੱਕ ਪਾਲਤੂ, ਜਿਹੜੇ ਜਿਵੇਂ ਆਪਾਂ ਸਾਈਡ ਬਿਜ਼ਨਸ ਕਰਦੇ ਹਾਂ ਉਸ ਹਿਸਾਬ ਨਾਲ ਇੱਕ ਉਹਨਾਂ ਦਾ ਆਪਦਾ ਬਣਿਆ ਹੋਇਆ, ਇਹ ਛੱਡਿਆ ਹੋਇਆ ਉਹਨਾਂ ਦਾ ਵੀ ਜਦੋਂ ਸਾਲ ਬਾਅਦ ਆਊਗਾ, ਸਾਲ ਬਾਅਦ ਉਹਨਾਂ ਦੀ ਜੇਬਾਂ 'ਚ ਪੈਸੇ ਪੈਣਗੇ। ਹੱਲ ਹੋਣਾ ਕੀ ਚਾਹੀਦਾ ਜੀ? ਹੱਲ ਇਹਦਾ ਇਹੀ ਹੈ ਵੀ ਜੇ ਦੋਨਾਂ ਸਾਈਡਾਂ ਦੇ ਉੱਤੇ ਰਿੰਗ ਬੰਨ੍ਹ ਬਣ ਜੇ, ਰਿੰਗ ਬੰਨ੍ਹ ਦੇ ਉੱਤੇ ਪੱਥਰ ਪੈ ਜੇ, ਜਗ੍ਹਾ ਦੇ ਉੱਤੇ ਕੋਈ ਪੁਆਇੰਟ ਬਣ ਜਾਣ ਜਿਹਦੇ ਉੱਤੇ ਲੋਕ ਜਿਹੜੇ ਨੇ ਆਵਾਜਾਈ ਦੇ ਉੱਤੇ ਪਾਰਕ ਬੰਨ ਘੁੰਮਣ, ਕੋਈ ਇਸ ਤਰ੍ਹਾਂ ਦੇ ਪੁਆਇੰਟ ਬਣ ਜਾਣ ਜਿਹਦੇ ਉੱਤੇ ਕਿ ਆਮਦਨ ਦਾ ਜ਼ਰੀਆ ਵੀ ਹੋ ਜੇ, ਜਿਹੜੇ ਪਿੰਡਾਂ ਦੇ ਵਿੱਚ ਜਾਣ ਵਾਲੇ ਸੜਕ ਬਣ ਜੇ, ਰੋਡ ਬਣ ਜੇ, ਉਹਨਾਂ ਨੂੰ ਵੀ ਆਉਣ ਜਾਣ ਦਾ ਜਿਹੜਾ ਰਸਤਾ ਸੌਖਾ ਬਣ ਜੇ।
ਇਹ ਸਕੀਮਾਂ ਦੱਸੀਆਂ ਗਈਆਂ ਨੇ ਪ੍ਰਸ਼ਾਸਨ ਕੋਲੇ ਪਹੁੰਚੀਆਂ ਨੇ ਜਾਂ ਧਿਆਨ ਹੀ ਨਹੀਂ ਕਰ ਰਹੇ? ਇਹਦੇ ਬਾਰੇ ਅਸੀਂ ਬਹੁਤ ਵਾਰੀ ਦੱਸ ਚੁੱਕੇ ਆ। ਅਸੀਂ ਭਾਣ ਸਿੰਘ ਭੋਰਾ ਜੀ ਦੀ ਰਾਹੀਂ ਮੈਂ ਆਪ ਖੁਦ ਬਦਲੇ ਪਾਇਆ ਸੀ, ਪਾ ਕੇ ਅਸੀਂ ਭੇਜਿਆ ਸੀ। ਉਦੋਂ ਲਵਾਰਡ ਬੈਂਕ ਦਾ ਪੈਸਾ ਵੀ ਆਇਆ ਸੀ, 19,000 ਕਰੋੜ ਰੁਪਈਆ ਲਵਾਰਡ ਬੈਂਕ 'ਚੋਂ ਆਇਆ ਸੀ ਸਿਰਫ ਇਸੇ ਵਾਸਤੇ। ਪਰ ਉੱਥੇ ਕੀ ਹੋਇਆ, ਆ ਰਾਜਨੀਤਿਕ ਲੋਕ ਜਿਹੜੇ ਨੇ ਉਹ ਆਪਣਾ ਆਪ ਬਚਾਉਣ ਦੇ ਲਈ ਇਹਦਾ ਨਜਾਇਜ਼ ਫਾਇਦਾ ਉਠਾ ਗਏ। ਹਾਲਾਂਕਿ ਜਿਹੜਾ ਕਿਸਾਨਾਂ ਨੂੰ, ਲੋਕਾਂ ਨੂੰ, ਆਮ ਲੋਕਾਂ ਨੂੰ, ਜਿਹੜਾ ਸਮਾਜ ਨੂੰ ਜਿਹੜਾ ਉਹਦਾ ਨੁਕਸਾਨ ਹੋਇਆ, ਅਤੇ ਜਿਹੜੇ ਉਹ ਆਪ ਵੱਡੇ ਲੋਕ ਸੀ, ਧਲੀ ਧਲਾਟ ਕਹਿ ਲਓ, ਕੁਛ ਕਹਿ ਲਓ, ਜਿਹੜੇ ਉਹ ਜਿਹੜੇ ਸੀ ਆਪਦਾ ਬੈਨੀਫਿਟ ਲੈ ਗਏ। ਦਾ ਚੌਧਰੀ ਸਾਹਿਬ, ਹਰ ਵਾਰ ਇਹ ਡਰ ਹੁੰਦੇ ਆ, ਅਤੇ ਡਰ ਤੋਂ ਬਿਨਾਂ 10 ਜਿਵੇਂ ਪਹਿਲਾਂ ਵੀਰ ਨੇ ਦੱਸਿਆ ਵੀ 10 ਮਹੀਨੇ ਸਾਨੂੰ ਇੱਥੇ ਗੰਦਗੀ ਵਾਲਾ ਮੌਸਮ ਹੀ ਹੁੰਦਾ, ਗੰਦਗੀ ਇਹਦੇ ਵਿੱਚ ਆਉਂਦੀ ਆ, ਉਹ ਤੋਂ ਸਾਨੂੰ ਬਿਮਾਰੀਆਂ ਮਿਲਦੀਆਂ, ਕੀ ਇਹਦਾ ਹੱਲ ਹੋ ਸਕਦਾ ਜੇ ਸਰਕਾਰਾਂ ਚਾਹਣ? ਦੇਖੋ ਜੀ, ਜੇ ਸਰਕਾਰਾਂ ਚਾਹੁਣ ਤਾਂ ਕਿਸੇ ਵੀ ਚੀਜ਼ ਦਾ ਹੱਲ ਕੱਢਣਾ ਕੋਈ ਔਖਾ ਨਹੀਂ ਹੈਗਾ, ਲੇਕਿਨ ਸਰਕਾਰਾਂ ਚਾਹੁੰਦੀਆਂ ਨਹੀਂ। ਦੇਖੋ ਮੇਰੀ ਗੱਲ ਸੁਣੋ, ਇੱਥੇ ਖੜ੍ਹੇ ਆ ਬਿਕਰਜੀਤ ਸਿੰਘ ਜੀ, ਖੜ੍ਹੇ ਆ ਚੋਪੜਾ ਸਾਹਿਬ ਹੈ, ਜਤਿੰਦਰ ਸਿੰਘ ਹੈ, ਹਰ ਇੱਕ ਸਮੇਂ 'ਤੇ ਜਾ ਕੇ ਗੰਦੇ ਪਾਣੀ ਦਾ ਜਿਹੜਾ ਆ ਰਿਹਾ, ਗੰਦਾ ਪਾਣੀ ਫੈਕਟਰੀਆਂ ਦਾ ਗੰਦਾ ਪਾਣੀ ਆ ਰਿਹਾ, ਉਹ 'ਤੇ ਸਮੇਂ ਸਮੇਂ 'ਤੇ ਆ ਕੇ ਹਰੇਕ ਸੰਸਥਾ ਨੇ ਆਵਾਜ਼ ਉਠਾਈ, ਪਰਸਨਲ ਲੈਵਲ 'ਤੇ ਵੀ ਆਵਾਜ਼ ਉਠਾਈ, ਹਰ ਇੱਕ ਪਾਰਟੀ ਨੇ ਵੀ ਇਹਦੀ ਆਵਾਜ਼ ਉਠਾਈ। ਲੇਕਿਨ ਉਹ ਥੋੜ੍ਹੇ ਦਿਨਾਂ ਵਾਸਤੇ ਵਿਧਾਨ ਸਭਾ ਦੇ ਵਿੱਚ ਗੱਲ ਚੱਕੀ ਜਾਂਦੀ ਹੈ, ਉਹ ਤੋਂ ਬਾਅਦ ਫਿਰ ਜਿਹੜਾ ਪ੍ਰਸ਼ਨ ਕਾਲ ਦੇ ਵਿੱਚ ਸਵਾਲ ਹੋ ਜਾਂਦਾ, ਉਹ ਤੋਂ ਬਾਅਦ ਫਿਰ ਫੈਕਟਰੀਆਂ ਵਾਲੇ ਜਿਹੜੇ ਹੈਗੇ ਆ ਉਹ ਅਪਰੋਚ ਕਰਦੇ ਆ ਆਪਦੀ ਤਾਕਤ ਨਾਲ, ਆਪਦੇ ਪੈਸੇ ਦੇ ਨਾਲ, ਉਸੇ ਤਰ੍ਹਾਂ ਫਿਰ ਗੰਦਾ ਪਾਣੀ ਇੱਥੇ ਆਉਂਦਾ ਜਾਂਦਾ ਰਹਿੰਦਾ ਹੈਗਾ। ਆਪਾਂ ਹੁਣ ਤਾਂ ਕਹੀਏ ਆ ਰਹੇ ਅਧਿਕਾਰੀ ਵੀ ਆ ਰਹੇ, ਚੈਕਿੰਗ ਵੀ ਹੋ ਰਹੀ ਆ, ਇਦੂ ਪਹਿਲਾਂ ਜ਼ਿਆਦਾ ਫਲੱਡਾਂ ਦਾ ਪਾਣੀ ਆਇਆ ਨਹੀਂ, ਕਿਸੇ ਨੇ ਚੈਕਿੰਗ ਕੀਤੀ ਆ ਕੇ? ਨਹੀਂ, ਕੋਈ ਨਹੀਂ ਆਇਆ ਜੀ। ਮੈਂ ਦੱਸਿਆ ਪਹਿਲਾਂ, ਚੋਪੜਾ ਸਾਹਿਬ ਵੱਲੋਂ ਕਿਹਾ ਗਿਆ ਵੀ ਇਹ ਦੁਕਾਨਦਾਰੀ ਹੈ, ਬਹੁਤ ਵੱਡੀ ਫਲੱਡ ਇੱਕ ਦੁਕਾਨਦਾਰੀ ਹੈ, ਜੇ ਪਹਿਲਾਂ ਹੱਲ ਹੋ ਜਾਣ ਫਿਰ ਉਹ ਦੁਕਾਨਦਾਰੀ ਕਿਵੇਂ ਚੱਲੂਗੀ? ਇਸ ਕਰਕੇ ਫਲੱਡ ਆਉਣਾ ਤਾਂ ਇੱਕ ਸੁਭਾਵਿਕ ਗੱਲਾਂ ਨੇ, ਲੇਕਿਨ ਉਹਦੇ ਵਾਸਤੇ ਪ੍ਰਸ਼ਾਸਨ ਆ ਜਿਹੜਾ ਉਹਦਾ ਪ੍ਰੋਪਰ ਧਿਆਨ ਵੀ ਨਹੀਂ ਦਿੰਦਾ, ਅਤੇ ਧਿਆਨ ਦਿੰਦੇ ਨਹੀਂ। ਕਿਉਂ ਨਹੀਂ ਦਿੰਦੇ? ਤਾਂ ਕਿ ਇਹਦਾ ਸਿਸਟਮ ਦਾ ਪਤਾ ਨਾ ਲੱਗੇ ਕਿੰਨਾ ਖਰਚਾ ਕਰਨਾ, ਕਿਵੇਂ ਪਾਉਣਾ। ਮੰਗ ਕੀ ਕਰਦੇ ਹੋ ਤੁਸੀਂ ਇਸ ਵਾਸਤੇ? ਅਸੀਂ ਇਹੀ ਮੰਗ ਕਰਦੇ ਹਾਂ, ਸਾਰੇ ਸਰੂਗੜ ਵਾਸੀ, ਸਾਰੇ ਇਲਾਕੇ ਵਾਲੇ ਵਾਸੀ ਆ, ਜਿਹੜੇ ਦੋਨਾਂ ਪਾਸੇ ਪੁਲਾ ਜਿਹੜਾ ਚੰਗੀ ਤਰ੍ਹਾਂ ਪੱਕਾ ਕੀਤਾ ਜਾਵੇ, ਪੂਰਾ ਉਹਨੂੰ ਪ੍ਰੋਪਰ ਉਹਦੇ ਉੱਤੇ ਰੋੜਾਂ ਬਣਾਈਆਂ ਜਾਣ, ਗੱਟੇ ਲਾ ਕੇ ਜਾਂ ਪੱਥਰ ਲਾ ਕੇ, ਜੋ ਵੀ ਸਿਸਟਮ ਪ੍ਰੋਪਰ ਬਣਦਾ ਉਹਨੂੰ ਪੱਕਾ ਕਰਕੇ, ਤਾਂ ਕਿ ਜਿਹੜੀਆਂ ਨਾਲ ਵਾਲੀਆਂ ਜ਼ਮੀਨਾਂ ਨੇ, ਕਈ ਲੋਕਾਂ ਦੇ ਇਹੋ ਜਿਹੇ ਹਾਲ ਹੈ ਜਿਨ੍ਹਾਂ ਦੀਆਂ 10-10 ਕਿੱਲੇ ਜ਼ਮੀਨ ਆ, ਜਿਹੜੀ ਜਦੋਂ ਖੋਰਾ ਪੈਂਦਾ, ਜਦੋਂ ਇੱਕ ਪਾਸੇ ਨੂੰ ਪੈ ਜਾਂਦਾ, ਉਹ ਕਿੱਲਿਆਂ ਦੇ ਕਿੱਲੇ ਜ਼ਮੀਨਾਂ ਵੀ ਖੋਰ ਕੇ ਲੈ ਜਾਂਦਾ, ਉਹਦੀ ਜੇ ਪ੍ਰੋਪਰ ਉਹ 'ਤੇ ਬੰਨ ਦੇ ਪੱਥਰ ਲੱਗ ਜਾਣਗੇ ਤਾਂ ਉਹਨੂੰ ਰੋਕ ਵੀ ਲੱਗ ਜੂ, ਜ਼ਮੀਨਾਂ ਖੁਰੰਤ ਵੀ ਲੱਗ ਜੂ, ਜਿੱਥੋਂ ਦੀ ਇਹ ਚੱਲ ਰਿਹਾ ਪਾਣੀ ਚੱਲ ਰਿਹਾ, ਜਿੱਥੋਂ ਦਾ ਇਹ ਦਰਿਆ ਘੱਗਰ ਦਰਿਆ ਚੱਲ ਰਿਹਾ, ਤਾਂ ਕਿ ਉਸੇ ਜ਼ਮੀਨ ਦੇ ਵਿੱਚ ਰਹੇ। ਇਹ ਪ੍ਰੋਪਰ ਹੱਲ ਤਾਂ ਇਹੀ ਹੈ। ਆਪਾਂ ਇਸ ਜਗ੍ਹਾ ਦੀ ਗੱਲ ਕਰੀਏ, ਇਸ 'ਤੇ ਜਦੋਂ ਫਲੱਡ ਆਉਂਦੇ ਆ, ਉਸ ਤੋਂ ਬਾਅਦ ਆਉਣ ਤੋਂ ਬਾਅਦ ਕੰਮ ਨਿਬੜ ਜਾਂਦਾ, ਫਿਰ ਵੀ ਇਹਦੀਆਂ ਗੱਲਾਂ ਤਾਂ ਚੱਕੀਆਂ ਜਾਂਦੀਆਂ, ਹਰ ਵਾਰ ਫਲੱਡ ਆਉਣ ਦੀ ਕਿਉਂ ਧਿਆਨ ਕਰਦੇ ਆ ਜਦੋਂ ਉਹਨਾਂ ਨੂੰ ਪਤਾ ਹੈਗਾ ਅਗਲੀ ਵਾਰ ਵੀ ਫਲੱਡ ਆਉਣਾ, ਉਹੀ ਗਲਤੀ ਹਰ ਵਾਰ, ਪਹਿਲਾਂ ਕਿਉਂ ਨਹੀਂ ਫਿਰ ਇਹ 'ਤੇ ਗੌਰ ਕਰਕੇ ਕੰਮ ਕਰਦੇ? ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਸਰਕਾਰਾਂ ਦੇ ਏਜੰਡੇ 'ਚ ਨਹੀਂ ਹੈ, ਜਿਹੜਾ ਲੋਕਾਂ ਦੀ ਭਲਾਈ ਦਾ ਕੰਮ, ਸਰਕਾਰਾਂ ਨੂੰ ਚੁਣਦੇ ਲੋਕ ਆ, ਲੇਕਿਨ ਉਹ ਕੰਮ ਕੁਛ ਪਰਸੈਂਟ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਲੋਕਾਂ ਲਈ ਕਰਦੀਆਂ। ਉਹ ਕਾਰਪੋਰੇਟ ਘਰਾਣੇ ਪੂਰਾ ਸਾਲ ਇਹਦੇ ਵਿੱਚ ਗੰਦ ਡੇਗਦੇ ਆ, ਤਾਂ ਇਸ ਇਹ ਜਿਹੜਾ ਪਾਣੀ ਹੈ ਉਹਨਾਂ ਲਈ ਵਰਦਾਨ ਸਾਬਤ ਹੁੰਦਾ, ਕਿਉਂਕਿ ਉਹ ਜਿਹੜਾ ਉਹਨਾਂ ਦਾ ਬਹੁਤ ਸਾਰਾ ਗੰਦ ਹੈ ਜਿਹੜਾ ਇਸ ਪਾਣੀ ਦੇ ਵਿੱਚ ਚਲਿਆ ਜਾਏਗਾ। ਜਿਹੜੇ ਉਹਨਾਂ ਨੇ ਮਤਲਬ ਟ੍ਰੀਟਮੈਂਟ ਪਲਾਂਟ ਲਾਉਣੇ ਸੀ ਉਹ ਲਾਉਣ ਦੀ ਲੋੜ ਨਹੀਂ ਹੈ, ਅਤੇ ਬਾਕੀ ਸਾਰਾ ਸਾਲ ਉਹ ਜਿਹੜਾ ਪਾਣੀ ਜਦੋਂ ਨਹੀਂ ਡੇਗਣਾ ਹੁੰਦਾ ਉਦੋਂ ਇਹ ਪਾਣੀ ਸੁੱਕ ਜਾਂਦਾ, ਕਿਉਂਕਿ ਇਹ ਮੂਲ ਸਰੋਤ ਨਾਲੋਂ ਟੁੱਟ ਚੁੱਕੀ ਹੈ, ਅਤੇ ਜਦ ਪਾਣੀ ਆਉਂਦਾ ਤਾਂ ਫਿਰ ਉਹ 'ਚੋਂ ਬਹੁਤ ਗੰਦੀ ਸਮੈਲ ਆਉਂਦੀ ਹੈ। ਤਾਂ ਇਸ ਕਰਕੇ ਇਹ ਪੂਰੀ ਇੱਕ ਖੇਡ ਆ, ਉਸ ਖੇਡ ਦੇ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਇਹਦਾ ਫਾਇਦਾ ਹੁੰਦਾ, ਰਾਜਨੀਤਿਕ ਲੋਕ ਉਹਨਾਂ ਤੋਂ ਫੰਡ ਲੈਂਦੇ ਆ, ਅਤੇ ਘੱਗਰ ਜਿਹੜਾ ਹੈਗਾ ਇਹ ਉਹਨਾਂ ਲੋਕਾਂ ਦੇ ਲਈ ਬਹੁਤ ਵੱਡਾ ਜ਼ਰੀਆ ਹੈ ਜਿਹਦੇ 'ਚ 40 ਸ਼ਹਿਰਾਂ ਦਾ ਗੰਦ ਡਿੱਗਦਾ ਹੈ, ਅਤੇ ਕਿੰਨੀਆਂ ਇੰਡਸਟਰੀਆਂ ਦਾ ਗੰਦ ਡਿੱਗ ਰਿਹਾ ਹੈ, ਕਿਤੇ ਵੀ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਲੱਗਿਆ ਹੋਇਆ। ਜਿਹੜੇ ਟ੍ਰੀਟਮੈਂਟ ਪਲਾਂਟ ਸੀਵਰੇਜ ਦੇ ਉੱਤੇ ਲਾਉਣੇ ਸੀਗੇ ਉਹ ਵੀ ਚੱਜ ਨਾਲ ਚੱਲ ਨਹੀਂ ਰਹੇ। ਹੱਲ ਲੱਗਦਾ ਫਿਰ ਆਉਣ ਵਾਲੇ ਸਮੇਂ 'ਚ ਹੋਊਗਾ ਕਿ ਬਸ ਖੇਡਾਂ ਹੀ ਚੱਲਣਗੀਆਂ ਸਾਰੀ? ਬਿਲਕੁਲ ਜੀ, ਹੁਣ ਤੱਕ ਤਾਂ ਜਿਹੜੀਆਂ ਖੇਡਾਂ ਹੀ ਚੱਲ ਰਹੀਆਂ ਨੇ, ਕਿਉਂਕਿ 2010 ਦੇ ਵਿੱਚ ਇੱਧਰਲੇ ਪਾਸੇ ਬੰਨ ਟੁੱਟਿਆ ਸੀ, ਮੇਰਾ ਪਿੰਡ ਸਾਧੂ ਵਾਲਾ ਨਾਲ ਹੈ ਜੀ, ਅਤੇ ਮੈਂ ਮਤਲਬ ਜਿਹੜੀ ਫੌਜ ਦੀ ਕਿਸ਼ਤੀ ਰਾਹੀਂ ਇੱਥੇ ਪਹੁੰਚਿਆ ਸੀ, ਅਤੇ ਉਸ ਸਮੇਂ ਮੌਕੇ ਦੇ MP ਬੀਬਾ ਹਰਸਿਮਰਤ ਮੈਨੂੰ ਇੱਥੇ ਮਿਲੇ ਸੀ ਪੁਲ 'ਤੇ, ਅਤੇ ਉਸ ਤੋਂ ਬਾਅਦ ਉਸ ਸਮੇਂ ਦੇ ਮਤਲਬ ਉਪ ਮੁੱਖ ਮੰਤਰੀ ਅਤੇ ਸਾਡੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਬਾਦਲ ਨੇ ਦੌਰਾ ਕੀਤਾ ਸੀ, ਹਵਾਈ ਦੌਰਾ, ਤਾਂ ਉਸ ਦਿਨ ਐਲਾਨ ਕੀਤਾ ਸੀ ਵੀ ਜਿਹੜੀ ਇਹ ਸੜਕ ਸਾਡੇ ਪਿੰਡ ਵਾਲੀ ਜਾਂਦੀ ਹੈ ਵੀ ਇਹਨੂੰ 10 ਫੁੱਟ ਉੱਚੀ ਕਰਕੇ ਚੌੜੀ ਕਰਕੇ ਸੜਕ ਬਣਾਈ ਜਾਊਗੀ, ਅਤੇ ਇਹਦਾ ਮਤਲਬ ਇਹ ਸੀ ਵੀ ਜਿਹੜੇ ਕਿਨਾਰੇ ਵਾਲੇ ਬੰਨ ਹੈ ਉਹ ਮੌਕੇ 'ਤੇ ਟੁੱਟ ਜਾਂਦੇ ਆ, ਤਾਂ ਅਗਲੇ ਜਦੋਂ ਕਿਨਾਰੇ ਵਾਲਾ ਬੰਨ ਟੁੱਟ ਜਾਏਗਾ ਤਾਂ ਇਹਦਾ ਮਤਲਬ ਉਦੋਂ ਅਗਲਾ ਬੰਨ ਹੈ ਜਿਹੜਾ ਹੋਰ ਮਜ਼ਬੂਤ ਹੋਣਾ ਚਾਹੀਦਾ, ਪੱਕਾ ਹੋਣਾ ਚਾਹੀਦਾ, ਲੇਕਿਨ ਉਹ ਅੱਜ ਤੱਕ ਉਹਦੇ 'ਤੇ ਕੋਈ ਅਮਲ ਨਹੀਂ ਹੋਇਆ ਕਿਸੇ ਤਰ੍ਹਾਂ ਦਾ, ਵੀ ਐਲਾਨ ਬਹੁਤ ਹੋਏ ਆ ਲੇਕਿਨ ਅਮਲ ਕੋਈ ਨਹੀਂ ਹੋਇਆ। ਇਹ ਜਦੋਂ ਮਤਲਬ ਇਹ ਹੁਣ ਵੋਟਾਂ ਆਉਣਗੀਆਂ ਤਾਂ ਹੁਣ ਇਹ ਮੁੱਦਾ ਫਿਰ ਉੱਠੂਗਾ, ਠੀਕ ਆ। ਪਿਛਲੀ ਵਿਧਾਨ ਸਭਾ ਚੋਣ ਵੇਲੇ ਵੀ ਮੈਂ ਇੱਥੇ ਇੱਕ ਬੋਰਡ ਲਾ
कि आ जिहड़ा गंद सानूं वंडिया जा रहा, जिहड़ा सानूं कैंसर वंडिया जा रहा, जिहड़ा सानूं काला पीलिया वंडिया जा रहा, बीकानेर जिहड़ी ट्रेन जांदी आ उत्थे सब तों वध मरीज़ साढ़े जा रहे आ, तां इहनां दा हुण तुहाडे कोल की इलाज है? हुण इहनां जिहड़े राजनीतिक लोक जिहड़े वोटां मंगण आउणगे, हुण इहनां नूं सवाल करो। लेकिन वो हर वारी की है कि लोगों फिर बिरादता जाता, फिर कोई ना कोई झूठा वरतांत सिरज लिया जाता है, तो जहाँ मतलब जोड़े बोलने वाले उन्होंने बदनाम करने की कोशिश की जाती है, तो फिर मामला उत्थे दी उत्थे रह जाता। बिल्कुल, इतों के जिहड़े वासी ने गे जां इतों के जिहड़े आगू ने, इन्हां दा कहना ध्यान हमेशा करवाया जाता, पर सरकारां चाहे अकाली दल होवे चाहे कांग्रेस होवे इक मिठी गोली दिंदे आ, इहदा हल कोई भी नहीं करते, क्योंकि लगातार इन्हां वल्लों कहा जा रहा हर बार टुटण दे खतरे हुंदे आ, पर जे पत्थर लगा के साइडां तों पक्का किया जाए तो यह खतरा खत्म हो सकता सी, पर लगातार इन्हां नूं जिहड़ा संताप भोगना पैंदा गा। सरकारां दा फर्ज बनदा इधर भी ध्यान दिता जाए तां जो इलाका वासी आसानी नाल जिउ सकण। मनीष शर्मा, निरपक्ष पोस्ट, सरदूलगढ़, मानसा। पंजाब अते पंजाबीयत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसी वी देवो साडा साथ, तां हुणे लाइक करो साडा फेसबुक पेज, सबसक्राइब करो यूट्यूब ते, अते फॉलो करो इंस्टा अते ट्विटर ते निरपक्ष पोस्ट, खबर दी निरपक्ष आवाज़। विजिट करो www.nirpakhpost.com।